ਭਲਵਾਨ ਜੀ ਦੱਸੋ ਕਿ ਪਾਕਿਸਤਾਨ 'ਚ ਸਭ ਤੋਂ ਵੱਡਾ ਝੂਠ ਕੀ ਬੋਲਿਆ ਜਾਂਦਾ ਏ। ਮੈਂ ਬਸ 5 ਮਿੰਟ 'ਚ ਆਇਆ। ਓਏ ਨਾਲ ਦੇ ਮੁਹੱਲੇ ਫ੍ਰੀ ਬਿਰਿਆਨੀ ਮਿਲਣ ਡਈ ਜੇ। ਓ ਮੈਂ ਤਾਂ ਝੂਠ ਬੋਲਿਆ, ਜਾਓ ਪਾਕਿਸਤਾਨੀ ਹੋ। ਹਾਏ ਓ ਰੱਬਾ ਇੰਨੀ ਗਰਮੀ, ਹਾਏ ਓ ਰੱਬਾ ਇੰਨੀ ਗਰਮੀ, ਹਾਏ ਓ ਰੱਬਾ ਇੰਨੀ ਵਰਗੀ, ਕਿਹੜੇ ਪਾਸੇ ਜਾਵਾਂ ਮੈਂ, ਕਿੱਥੇ ਮੰਜੀ ਡਾਵਾਂ, ਉਹ ਕਿੱਥੇ ਮੰਜੀ ਡਾਵਾਂ ਮੈਂ, ਕਿੱਥੇ ਮੰਜੀ ਡਾਵਾਂ, ਉਹ ਕਿੱਥੇ ਮੰਜੀ ਡਾਵਾਂ ਮੈਂ, ਕਿੱਥੇ ਮੰਜੀ ਡਾਵਾਂ, ਓਏ ਕਿੱਥੇ ਮੰਜੀ ਡਾਵਾਂ। ਰੋਜ਼ਾ ਖੁੱਲ੍ਹਣੇ ਮੇਂ ਅਭੀ ਵੀ 2 ਘੰਟੇ ਪੜੇ। ਚਾਚਾ ਰੋਜ਼ਾ 7 ਵਜੇ ਖੁੱਲ੍ਹਣਾ। ਉਹ ਪਰੇ ਹੋਇਆ, ਮੈਨੂੰ ਕਹਿੰਦੇ ਗਿਆ ਸੀ ਰੋਜ਼ਾ ਰੱਖਣ ਦਾ, ਉਹ ਮੈਂ ਭੁੱਖ ਨਾਲ ਮਰ ਗਿਆ ਜੇ, ਮੈਂ ਕੱਪੜੇ ਪਾੜ ਦੇਣੇ ਆਪਣੇ, ਮੈਂ ਕੀ ਕਰਾਂ। ਉਹ ਮੌਲਵੀ ਨੂੰ ਕੋ ਰੋਜ਼ਾ ਖੋਲ ਦਿਓ। ਵੇ ਤੇਰਾ ਰੋਜ਼ਾ ਨਹੀਂ, ਮੈਂ ਭੁੱਲ ਗਿਆ ਸੀ ਯਾਰ। ਮੈਨੂੰ ਵੋਟ ਪਾਈ ਹੋਏ ਵੇਲ ਹੈ, ਮੈਨੂੰ ਵੋਟ ਪਾਈ, ਪੈਰਾਂ ਨੂੰ ਹੱਥ ਲਾਉਣਾ ਯਾਰ ਵੇਲ ਹੈ। ਭਰਾ ਨੇ ਮੈਨੂੰ ਵੋਟ ਪਾ ਦੇ, ਨਹੀਂ ਹੋਏ ਇਮਰਾਨ ਖਾਨ, ਉਹ ਤੇਰੀ ਭੈਣ, ਉੱਠ ਇੱਥੋਂ, ਚੱਲ ਭੱਜ ਜਾ, ਭੱਜ ਜਾ ਇੱਥੋਂ, ਚੱਲ ਉਹ ਨਿਕਲ, ਤੈਨੂੰ ਕਹਿ ਰਿਹਾ ਨਿਕਲ, ਚੱਲ। ਜਿਹਨੇ ਰੋਜ਼ਾ ਨਹੀਂ ਰੱਖਿਆ ਉਹਨੂੰ ਅਫਤਾਰੀ ਵੀ ਨਹੀਂ ਲੱਭਣੀ।